नमस्कार स्वागत है आप सभी का जी पंजाब राणा हिमाचल पर मैं मनोज श्रीवास्तव हूं और आपको बताया कि इस वक्त पंजाब के कैबिनेट मंत्री चरणजीत सिंह चन्नी जी पंजाब हरणा हिमाचल पर लाइव हैं और उनके साथ इस बातचीत के सिलसिले को आगे बढ़ाएंगे हमारे एसोसिएट एडिटर जगदीप संधु ओवर टू यू जगदीप जी जी थैंक यू ਪੰਜਾਬ ਵਿੱਚ ਇੱਕ ਕਰੋਨਾ ਸੰਕਟ ਚੱਲ ਰਿਹਾ ਸੀ ਉਹ ਸਾਰ ਪੂਰੇ ਦੇਸ਼ ਵਿੱਚ ਚੱਲ ਰਿਹਾ ਸੀ ਲੇਕਿਨ ਇੱਕ ਨਵਾਂ ਸੰਕਟ ਜਿਹੜਾ ਉਹ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ 3 ਦਿਨ ਤੋਂ ਚੱਲ ਰਿਹਾ ਹੈ ਜੋ ਇੱਕ ਲੜਾਈ ਸ਼ੁਰੂ ਹੋਈ ਸੀ ਕੈਬਨਟ ਸੈਕਟਰੀ ਔਰ ਮੰਤਰੀਆਂ ਦੀ ਉਹ 2 ਦਿਨ ਦੇ ਬਾਅਦ ਮੋਦੀ ਬਨਾ ਮੰਤਰੀ ਹੋ ਗਈ ਮੇਰੇ ਨਾਲ ਖੁਦ ਮੌਜੂਦ ਨਹੀਂ ਚਰਨਜੀਤ ਸਿੰਘ ਚੰਨੀ ਬੜੇ ਜੁਝਾਰੂ ਕਾਂਗਰਸ ਦੇ ਨੇਤਾ ਹੈ ਨੇ ਔਰ ਇਸ ਤੋਂ ਇਲਾਵਾ ਉਹ ਬੜੇ ਸੀਨੀਅਰ ਮੰਤਰੀ ਨੇ ਔਰ ਆਖਰ ਕੀ ਸਚਾਈ ਹੈ ਅਸੀਂ ਬਹੁਤ ਕੁਝ ਕੱਲ ਔਰ ਪਰਸੋ ਸੁਣਿਆ ਹੈ ਉਹਨਾਂ ਦੇ ਮੂੰਹ ਸੁਣਾਂਗੇ ਕਿ ਆਖਰ ਕੀ ਸੱਚਾਈ ਹੈ ਇਸ ਪੂਰੇ ਵਿਵਾਦ ਵਿੱਚ ਕੀ ਵਜ੍ਹਾ ਸੀ ਕਿ ਉਹਨਾਂ ਨੇ ਮੀਟਿੰਗ ਤੋਂ ਵਾਕਆਊਟ ਕੀਤਾ ਔਰ ਕੀ ਵਜ੍ਹਾ ਹੈ ਕਿ ਉਹਨਾਂ ਦੇ ਗਵਾਂਢੀ ਮੰਤਰੀ ਜਿਹੜੇ ਤ੍ਰਿਪਤ ਰਵੀਂਦਰ ਸਿੰਘ ਬਾਜਵਾ ਉਹਨਾਂ ਦੇ ਘਰ ਪਹੁੰਚੇ ਸੀਗੇ ਜਨੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਅ ਪਿਛਲੇ 2 ਦਿਨਾਂ ਤੋਂ ਬਹੁਤ ਵੱਡਾ ਪੰਜਾਬ ਕਾਂਗਰਸ ਵਿਵਾਦ ਚੱਲ ਰਿਹਾ ਹੈ ਔਰ ਅਜਿਹਾ ਕਿਹਾ ਜਾ ਰਿਹਾ ਕਿ ਤੁਹਾਡੇ ਘਰ ਆ ਕੇ ਤੁਹਾਡੇ ਸ਼ਾਇਦ ਦੋ ਸਟੈਪ ਦੂਰ ਮੰਤਰੀ ਨੇ ਪੰਜਾਬ ਦੇ ਸੀਨੀਅਰ ਮੰਤਰੀ ਤ੍ਰਿਪਤ ਰਵੀਂਦਰ ਸਿੰਘ ਬਾਜਵਾ ਉਹ ਤੁਹਾਡੇ ਘਰੇ ਆ ਕੇ ਤੁਹਾਨੂੰ ਇੱਕ ਗਲਤ ਭਾਸ਼ਾ ਵਿੱਚ ਗਲਤ ਧਮਕੀ ਵਾਲੇ ਅੰਦਾਜ਼ ਦੇ ਵਿੱਚ ਉਹ ਕਹਿ ਕੇ ਗਏ ਨੇ ਕਿ ਤੁਸੀਂ ਜੇ ਜ਼ਿਆਦਾ ਮੁਖਰ ਹੋਵੋਗੇ ਤੁਹਾਡੇ ਜਿਹੜੇ ਖਿਲਾਫ ਨੇ ਉਹ ਕੇਸ ਖੋਲਣਗੇ ਸੱਚਾਈ ਤੁਹਾਡੇ ਮੂੰਹ ਸੁਣਨਾ ਚਾਹਾਂਗੇ ਇਸ ਤਰ੍ਹਾਂ ਕਿ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਸਾਰੇ ਜਾਣਦੇ ਆ ਤੇ ਜਿਹੜੇ ਲੋਕ ਗਰੀਬ ਪਰਿਵਾਰਾਂ ਚੋਂ ਪੈਦਾ ਹੁੰਦੇ ਆ ਔਰ ਜਿਹੜੇ ਲੋਕ ਮਿਡਲ ਕਲਾਸ ਚ ਪੈਦਾ ਹੁੰਦੇ ਆ ਚਾਹੇ ਉਹ ਕਿਸਾਨ ਪਰਿਵਾਰ ਚ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਦਲਿਤ ਹੋਵੇ ਸਾਨੂੰ ਹਮੇਸ਼ਾ ਸੰਘਰਸ਼ ਕਰਨਾ ਪੈਂਦਾ ਮੇਰੀ ਲਾਈਫ ਹੈ ਜਿਹੜੀ ਟੋਟਲ ਸੰਘਰਸ਼ਾਂ ਦੀ ਹੈ ਟੋਟਲ ਦਬਾਵਾਂ ਦੀ ਹੈ ਮੈਂ ਬਹੁਤ ਸਾਰੇ ਦਬਾਅ ਆਪਣੀ ਲਾਈਫ ਦੇ ਵਿੱਚ ਦੇਖੇ ਹੈ ਪਰਚੇ ਵੀ ਦੇਖੇ ਹੈ ਇੱਥੇ ਤੱਕ ਕਿ ਪਿਛਲੀ ਸਰਕਾਰ ਨੇ ਵੀ ਮੇਰੇ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮਲਾਕੇ ਪਰਚਾ ਕੀਤਾ ਸੀ ਐਸੀ 12 ਸਾਲ ਉਹ ਪਰਚਾ ਭੁਗਤਿਆ ਸਾਨੂੰ ਲਾਲਚ ਵੀ ਦਿੱਤੇ ਗਏ ਸਾਨੂੰ ਦਬਾਅ ਵੀ ਪਾਏ ਗਏ ਮੇਰੇ ਭਰਾ ਨੂੰ ਤਸੀਹੇ ਵੀ ਦਿੱਤੇ ਗਏ ਦੋ ਦੋ ਮਹੀਨੇ ਦੇ ਲਗਭਗ ਉਹਨਾਂ ਨੇ ਸਾਨੂੰ ਪੁਲਿਸ ਰਿਮਾਂਡ ਦੇ ਵਿੱਚ ਰੱਖਿਆ ਔਰ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਮੁੱਖ ਮੰਤਰੀ ਜਿਹੜੇ ਹੁਣ ਹੈ ਸੀਐਮ ਕੈਪਟਨ ਰਮੇਂਦਰ ਸਿੰਘ ਜੀ ਦੇ ਖਿਲਾਫ ਬਾਦਾ ਮਾਫੀ ਦੇ ਗਵਾਹ ਬਣੋ ਐਸੀ ਨਹੀਂ ਬਣੇ ਜੇ ਸਾਨੂੰ ਲਾਲਚ ਹੁੰਦਾ ਜੇ ਐਸੀ ਦਬਾਅ ਚਾਣੇ ਵਾਲੇ ਹੁੰਦੇ ਤਾਂ ਐਸੀ ਉਦੋਂ ਆ ਜਾਣਾ ਸੀ 12 ਸਾਲ ਦਾ ਸੰਕਟ ਕਾ ਨੂੰ ਪੁੱਗਦੇ ਇਸ ਤੁਸੀਂ ਦਬਾਅ ਦੀ ਗੱਲ ਕਰ ਰਹੇ ਹੋ ਦਬਾਅ ਐਗਜੈਕਟ ਲੈਂਗੁਏਜ ਕੀ ਸੀ ਤੁਹਾਡੇ ਕੋਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਰ ਰਾਇ ਕਿ ਸੀਐਮ ਸਾਹਿਬ ਨੇ ਉਹਨਾਂ ਨੂੰ ਵੀ ਡਿਊਟੀ ਲਗਾਈ ਸੀ ਜਾਂ ਆਪਣੇ ਤੌਰ ਤੇ ਤੁਹਾਡੇ ਕੋਲ ਆਏ ਸੀ ਦੇਖੋ ਮੈਂ ਕਿਉਂਕਿ ਹੁਣੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਾਜਵਾ ਸਾਹਿਬ ਨੇ ਇਹ ਅਰੋਣਾ ਨੇ ਇਹ ਵੀ ਵਿੱਚ ਕਹਿਤਾ ਕਿ ਜੀ ਇਹ ਉਹ ਮੇਰਾ ਛੋਟਾ ਭਾਈ ਹੈ ਮੈਂ ਉਹਨੂੰ ਭਰਾ ਮੰਨਦਾ ਮੈਂ ਉਹਦੇ ਨਾਲ ਖੜਾ ਹਾਂ ਇਸ ਕਰਕੇ ਮੈਂ ਕੁਝ ਜ਼ਿਆਦਾ ਇਹਨਾਂ ਗੱਲਾਂ ਵਿੱਚ ਜਾਣਾ ਨਹੀਂ ਚਾਹੁੰਦਾ ਲੇਕਿਨ ਜੋ ਅਖਬਾਰਾਂ ਵਿੱਚ ਆਇਆ ਜੋ ਮੈਂ ਐਮਐਲਏ ਨੂੰ ਦੱਸਿਆ ਉਹ ਸਚਾਈ ਸੀ ਔਰ ਜ਼ਰੂਰ ਪਰਚੇ ਦੀ ਗੱਲ ਹੋਈ ਸੀ ਕਿ ਮੇਰੇ ਤੇ ਪਰਚਾ ਦਰਜ ਕਰ ਦਿੱਤਾ ਜਾਏਗਾ ਜਾਂ ਉਹ ਆਈਐਸ ਲੋਬੀ ਕਰਾਣਾ ਚਾਹਦੀ ਹੈ ਤੇ ਮੈਂ ਵੀ ਇਹ ਕਿਹਾ ਸੀ ਕਿ ਜੇ ਇਦਾਂ ਦੀ ਕੋਈ ਗੱਲ ਹੈ ਤਾਂ ਪਹਿਲਾਂ ਪਰਚਾ ਹੀ ਦਰਜ ਹੋ ਜਾਣ ਦੋ ਉਸ ਤੋਂ ਬਾਅਦ ਆਪਾਂ ਇਹ ਗੱਲ ਕਰਾਂਗੇ ਇਹ ਗੱਲ ਇੱਥੇ ਤੱਕ ਸੀ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਲੀਕ ਕਿਸ ਤਰ੍ਹਾਂ ਹੋਈ ਇਹ ਮੈਨੂੰ ਨਹੀਂ ਪਤਾ ਅਰ ਉਹਨਾਂ ਨੂੰ ਇਹ ਪ੍ਰੈਸ ਵਿੱਚ ਨਹੀਂ ਆਉਣਾ ਚਾਹੀਦਾ ਸੀ ਅੱਜ ਗੱਲ ਨੂੰ ਲੈ ਕੇ ਸੀਐਮ ਸਾਹਿਬ ਨੂੰ ਐਸੀ ਗੱਲ ਮੈਂ ਗੱਲ ਦੱਸ ਚੁੱਕਿਆ ਸੀ ਮੈਂ ਪਾਰਟੀ ਪ੍ਰਧਾਨ ਨੂੰ ਇਹ ਗੱਲ ਦੱਸ ਚੁੱਕਿਆ ਸੀ ਜਦੋਂ सीएम साहब ਦੇ ਖੇਤਰ ਦੇ ਵਿੱਚ ਗੱਲ ਚੱਲੇ ਗਈ ਉਸ ਤੋਂ ਬਾਅਦ ਗੱਲ ਉਹਨਾਂ ਤੇ ਚੱਲੇ ਜਾਂਦੀ ਹੈ ਸਾਨੂੰ ਇਸ ਗੱਲ ਦੇ ਵਿੱਚ ਨਹੀਂ ਆਣਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਤੀ ਹੈ ਇਸ ਕਰਕੇ ਮੈਨੂੰ ਮਜਬੂਰਨ ਇਹ ਗੱਲ ਅੱਜ ਟੀਵੀ ਦੇ ਸਾਹਮਣੇ ਲੈ ਕੇ ਆਉਣੀ ਪੈ ਰਹੀ ਹੈ ਤੇ ਮੈਂ ਫੇਰ ਵੀ ਇਹ ਗੱਲ ਜਿਹੜੀ ਹੈ ਉਹ ਪਾਰਟੀ ਤੇ ਹੀ ਛੱਡ ਰਿਆਂ ਇਸ ਲਈ ਮੈਂ ਤਾਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਹੈ ਕਿਉਂਕਿ ਮੈਂ ਚਮਕੌਰ ਸਾਹਿਬ ਦੀ ਧਰਤੀ ਦਾ ਐਮਐਲਏ ਹਾਂ ਗੁਰੂ ਗੋਬਿੰਦ ਸਿੰਘ ਦੀ ਜਨ ਤੋਂ ਸ਼ੋਹ ਪ੍ਰਾਪਤ ਧਰਤੀ ਹੈ ਜਿਹਨੂੰ ਕਿਹਾ ਜਾਂਦਾ ਨਿਮਾਨਿਆਂ ਦੇ ਮਾਣ ਸਾਡੇ ਮਾਣ ਉਹ ਹੈ ਸਾਡੇ ਪਿਤਾ ਉਹ ਹੈ ਉਹਨਾਂ ਦੇ ਵੱਡੇ ਸਹਬਜ਼ਾਦੇ ਉੱਥੇ ਸ਼ਹੀਦ ਹੋਏ ਹੈ ਮੈਂ ਉਹਨਾਂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਹ ਗੱਲ ਕਰਨਾ ਚਾਹੁੰਦਾ ਕਿ ਜਿੰਨੀ ਗੱਲ ਹੋਈ ਹੈ ਉਹਦੇ ਸੱਚਾਈ ਹੈ ਔਰ ਜੇ ਕੋਈ ਉਹ ਸਮਝਦੇ ਕਿ ਮੈਨੂੰ ਮੈਂ ਉਹਨਾਂ ਦਾ ਭਰਾ ਹਾਂ ਤਾਂ ਆਪਾਂ ਮੈਨੂੰ ਬੁਲਾ ਲੈਂਦੇ ਬੈਠ ਕੇ ਗੱਲ ਕਰ ਲੈਂਦੇ ਕਿ ਜੀ ਇਹ ਗੱਲ ਕਿਹਾ ਆਪਾਂ ਖਤਮ ਕਰੀਏ ਗੱਲ ਨੂੰ ਮੈਰਿਜ ਕੋਈ ਈਗੋ ਨਹੀਂ ਹੈ ਮੈਂ ਬਹੁਤ ਹੀ ਆਪਣੇ ਆਪ ਨੂੰ ਨਿਮਰਤਾ ਦੇ ਨਾਲ ਲੈ ਕੇ ਚੱਲਦਾ ਔਰ ਹੁਣ ਵੀ ਮੈਂ ਇਹ ਗੱਲ ਮੁੱਖ ਮੰਤਰੀ ਜੀ ਤੇ ਤੇ ਆਪਣੇ ਜਾਖੜ ਸਾਹਿਬ ਤੇ ਹੀ ਛੱਡ ਰਿਹਾ ਅੱਛਾ ਮੰਤਰੀ ਤ੍ਰਿਪਤ ਬਾਜਵਾ ਜਿਹੜੇ ਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਇੱਕ ਐਜ਼ ਅ ਵੱਡਾ ਬ੍ਰਦਰ ਐਡਵਾਈਸ ਦਿੱਤੀ ਸੀਗੀ ਔਰ ਤੁਹਾਡਾ ਕਹਿਣਾ ਕਿ ਸਿੱਧਾ-ਸਿੱਧਾ ਐਫਆਈਆਰ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਤੇ ਨਾ ਕਿਤੇ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਬੋਲੋਗੇ ਤਾਂ ਸ਼ਾਇਦ ਤੁਹਾਨੂੰ ਉਹ ਐਫਆਈਆਰ ਚ ਪਸਾ ਸਕਦੇ ਆ ਇਹ ਇੱਕ ਬੜਾ ਵੱਡਾ ਇੱਕ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੇ ਮੈਨੂੰ ਇਹ ਐਡਵਾਈਸ ਦਿੱਤੀ ਸੀ ਫਿਰ ਜੇ ਐਡਵਾਈਸ ਲੈ ਕੇ ਆਏ ਸੀ ਮੇਰੇ ਪਾਸ ਤਾਂ ਆਈਐਸ ਲੋਬੀ ਚ ਤਾਂ ਕੋਈ ਗੱਲ ਹੀ ਨਹੀਂ ਹੋਈ ਕਿਸੇ ਕਿਤੇ ਵੀ ਇਹ ਗੱਲ ਨਹੀਂ ਹੈ ਕਿ ਜੀ ਐਸੀ ਕੋਈ ਗੱਲ ਕਰਨਾ ਚਾਹੁੰਦੇ ਆ ਫਿਰ ਇਹ ਗੱਲ ਕਿੱਥੋਂ ਬਣਾ ਕੇ ਲੈ ਆਏ ਇਸ ਕਰਕੇ ਮੈਂ ਇਹ ਗੱਲਾਂ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਪਾਰਟੀ ਲੈਵਲ ਦੀਆਂ ਗੱਲਾਂ ਐ ਅਸਲ ਦੇ ਵਿੱਚ ਇਹ ਸੀਐਮ ਸਾਹਿਬ ਦੇ ਲੈਵਲ ਦੀਆਂ ਗੱਲਾਂ ਜਦੋਂ ਅਸੀਂ ਇੱਕ ਲੀਡਰ ਨੂੰ ਮੰਨਿਆ ਹੋਇਆ ਤਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੋਇਆ ਤਾਂ ਅਸੀਂ ਉਹਨਾਂ ਦੇ ਨਾਲ ਹੀ ਆ ਜੋ ਕਹਿਣਗੇ ਉਹੀ ਕਰਾਂਗੇ ਮੈਂ ਇੱਥੇ ਜਿੰਨੇ ਮੇਰੇ ਹੱਕ ਦੇ ਵਿੱਚ ਅੱਜ ਐਮਐਲਏ ਸਹਿਬਾਨ ਨੇ ਮੈਨੂੰ ਟੈਲੀਫੋਨ ਕੀਤੇ ਬਿਆਨ ਅਖਬਾਰ ਦੇ ਵਿੱਚ ਬਿਆਨ ਲਵਾਏ ਜਾਂ ਟੀਵੀ ਤੇ ਆਏ ਹੈ ਲਗਭਗ ਸਾਰੇ ਐਮਐਲਏ ਆ ਦੇ ਮੈਨੂੰ ਅੱਜ ਟੈਲੀਫੋਨ ਆ ਉਹ ਆਏ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਮੈਨੂੰ ਟੈਲੀਫੋਨ ਕੀਤਾ ਉਹਨਾਂ ਦੇ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹੋਰ ਵੀ ਬੰਦਿਆਂ ਦੇ ਟੈਲੀਫੋਨ ਆਏ ਆ ਮੈਨੂੰ ਪਤਾ ਲੱਗਿਆ ਤੀਨੂ ਜਿਹੜੇ ਐਮ ਐਲ ਏ ਅਕਾਲੀ ਦਲ ਦੇ ਉਹਨਾਂ ਨੇ ਵੀ ਕਿਹਾ ਮੈਂ ਉਹਨਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਅਰ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਆਪਾਂ ਨੇ ਇਹ ਗੱਲ ਸਾਰੀ ਸੀਐਮ ਸਾਹਿਬ ਤੇ ਛੱਡੀ ਹੋਈ ਹੈ ਮੈਂ ਅੱਜ ਤੱਕ ਪ੍ਰੈਸ ਵਿੱਚ ਨਹੀਂ ਆਇਆ ਸੀ ਇਸ ਲਈ ਆਪਾਂ ਇਹ ਸਾਰੀ ਗੱਲ ਸੀਐਮ ਸਾਹਿਬ ਤੇ ਛੱਡਿਏ ਇਸ ਗੱਲ ਨੂੰ ਜ਼ਿਆਦਾ ਹੁਣ ਆਪਾਂ ਨਾ ਉਛਾਲੀਏ ਚੰਨੀ ਸਾਹਿਬ ਮੈਨੂੰ ਯਾਦ ਹੈ ਬਠਿੰਡਾ ਦੀ ਰੈਲੀ ਹੋਈ ਸੀ ਜਦੋਂ ਕੈਪਟਨ ਸਾਹਿਬ ਨੂੰ ਪ੍ਰਧਾਨਗੀ ਵਾਪਸ ਮਿਲੀ ਸੀ ਔਰ ਮੈਨੂੰ ਬਿਲਕੁਲ ਯਾਦ ਆ ਤੁਹਾਡੀ ਸਪੀਚ ਵਿੱਚ ਕਿਵੇਂ ਕੈਪਟਨ ਸਾਹਿਬ ਦੀ ਸਪੋਰਟ ਕੀਤੀ ਗਈ ਸੀ ਇਸ ਵੇਲੇ ਜਦੋਂ ਤੁਹਾਨੂੰ ਇਹ ਹਾਲਾਤ ਚੋਂ ਗੁਜ਼ਰਨਾ ਪੈ ਰਿਹਾ ਹੈ ਸੀਐਮ ਸਾਹਿਬ ਨੇ ਕੋਈ ਤੁਹਾਨੂੰ ਸਪੋਰਟ ਕੀਤਾ ਤੁਹਾਡਾ ਨਾਲ ਗੱਲਬਾਤ ਕੋਈ ਹੋਈ ਹੈ ਉਹਨਾਂ ਦੀ ਜਾਂ ਉਹਨਾਂ ਨੇ ਪੈਸੀਫਾਈ ਕੀਤਾ ਜਦੋਂ ਇਹ ਗੱਲ ਅਖਬਾਰ ਦੇ ਵਿੱਚ ਆਈ ਉਹਨਾਂ ਦਾ ਮੈਨੂੰ ਟੈਲੀਫੋਨ ਆ ਗਿਆ ਸੀ ਚੰਨੀ ਜੀ ਇਹ ਗੱਲ ਕਿਵੇਂ ਹੋਈ ਹੈ ਮੈਂ ਉਹਨਾਂ ਨੂੰ ਸਾਰੀ ਮੈਂ ਕਿਹਾ ਜੀ ਇਹ ਗੱਲ ਲੀਕ ਕਿਸ ਲੈਵਲ ਤੇ ਹੋਈ ਹੈ ਤੁਸੀਂ ਜ਼ਿਆਦਾ ਜਾਣ ਸਕਦੇ ਹੋ ਤੁਸੀਂ ਇਸ ਦੀ ਬੇਸ਼ੱਕ ਚੈੱਕ ਕਰਾ ਲਓ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਮੈਂ ਤੁਹਾਡੀ ਫੈਮਿਲੀ ਦਾ ਹੈੱਡ ਬੈਠਾ ਤੇ ਮੈਂ ਇਸ ਗੱਲ ਨੂੰ ਆਪ ਦੇਖਾਂਗਾ ਮੇਰੇ ਸਹਿਯੋਗੀ ਤਪਿੰਨ ਮਲੋਤਰਾ ਮੇਰੇ ਨਾਲ ਹੈ ਜਿਹੜੇ ਅੱਜ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਸੀ ਤੁਹਾਡੀ ਤਰਫ ਤੋਂ ਬਾਜਵਾ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਕੀ ਤਰਕ ਦਿੱਤਾ ਹੈ ਕਿ ਉਹਨਾਂ ਨੇ ਧਮਕਾਇਆ ਸੀ ਜਾਂ ਉਹਨਾਂ ਨੇ ਐਡਵਾਈਸ ਦਿੱਤੀ ਸੀ ਕੀ ਕਹਿਣਾ ਸੀ ਉਹਨਾਂ ਦਾ ਜੀ ਬਿਲਕੁਲ ਜਿਵੇਂ ਕਿ ਚੰਨੀ ਸਾਹਿਬ ਨੇ ਬਿਲਕੁਲ ਕਲੀਅਰ ਕਰਕੇ ਦੱਸਿਆ ਕਿ ਉਦੋਂ ਤ੍ਰਿਪ ਤ੍ਰਿੰਦਰ ਸਿੰਘ ਬਾਜਵਾ ਆਏ ਸੀਗੇ ਉਹਨਾਂ ਨੇ ਆਹ ਗੱਲ ਕਹੀ ਕਿ ਕੇਸ ਜਿਹੜਾ ਹੈਗਾ ਉਹ ਦਰਜ ਹੋ ਜਾਣਗੇ ਆਈਐਸ ਔਰ ਜਿਹੜੀ ਆਫੀਸਰ ਦੀ ਲੌਬੀ ਹੈਗੀ ਆ ਉਹ ਇਕੱਠੀ ਹੋ ਜੂਗੀ ਤੇ ਜਿਸ ਤੋਂ ਬਾਅਦ ਅਸੀਂ ਜਿਵੇਂ ਬਾਜਵਾ ਸਾਹਿਬ ਦਾ ਕਹਿਣਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਮੈਂ ਕੁਝ ਨਹੀਂ ਬੋਲ ਸਕਦਾ ਕਿ ਸਾਡੀ ਅੰਦਰੂਨੀ ਕੀ ਗੱਲ ਹੋਈ ਸੀਗੀ ਉਹ ਉਹਦੇ ਉੱਪਰ ਮੈਂ ਬਿਆਨ ਨਹੀਂ ਕਰ ਰਿਹਾ ਤੇ ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਬਾਜਵਾ ਸਾਹਿਬ ਵੀ ਕਹਿੰ ਰਹੇ ਨੇ ਕਿ ਚੰਨੀ ਮੇਰਾ ਛੋਟਾ ਭਰਾ ਹੈ ਤੇ ਸਾਡਾ ਜਿਹੜਾ ਮਸਲਾ ਹੈ ਉਹ ਹਾਈ ਕਮਾਂਡ ਜਿਹੜੀ ਹੈਗੀ ਹੈ ਜਿਹੜੀ ਹੈ ਉਹ ਦੇਖਣ ਤੇ ਉਹ ਇਹਨੂੰ ਸੁਲਝਾਣ ਕਿ ਕਿਸ ਤਰ੍ਹਾਂ ਇਹਨੂੰ ਪੂਰਾ ਹਿਸਾਬ ਜਿਹੜਾ ਕਿ ਕਿਰਕਰੀ ਜਿਹੜੀ ਸਰਕਾਰ ਦੀ ਇਸ ਵਕਤ ਹੋ ਰਹੀ ਹੈ ਉਹਨੂੰ ਰੋਕਿਆ ਜਾਏ ਤੇ ਫਿਲਹਾਲ ਚੰਨੀ ਸਾਹਿਬ ਨੂੰ ਇਹੀ ਸਵਾਲ ਹੈ ਕਿ ਚੰਨੀ ਸਾਹਿਬ ਉਹਨਾਂ ਵੱਲੋਂ ਇੱਕ ਇਹ ਵੀ ਗੱਲ ਕਹੀ ਗਈ ਕਿ ਇੱਕ ਸਾਰੇ ਐਮਐਲਏ ਅੱਜ ਇਕੱਠੇ ਹੋ ਰਹੇ ਨੇ ਤੇ ਉਹਦਾ ਕੀ ਰੀਜ਼ਨ ਹੈ ਕਿ ਸਾਰੇ ਇਕੱਠੇ ਹੋ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਚਾਹੇ ਰੰਧਾਵਾ ਸਾਹਿਬ ਹੋਣ ਹੋਰ ਜਿਹੜੇ ਨੇ ਇਸ ਤਰ੍ਹਾਂ ਸਾਰੇ ਇੱਕ ਲੋਬੀ ਤਿਆਰ ਕੀਤੀ ਬਹੁਤ ਸਾਰੇ ਐਮਐਲਏਸ ਖੁੱਲ ਕੇ ਸਪੋਰਟ ਚ ਆ ਗਏ ਨੇ ਤੁਹਾਡੇ ਕੰਨੂ ਕੰਟੈਕਟ ਕੀਤਾ ਤੁਹਾਡੇ ਕੋਲ ਅੱਜ ਘਰ ਆਏ ਨੇ ਕੋਈ ਐਦਾਂ ਕਿ ਜਦੋਂ ਤੁਸੀਂ ਕਿਸੇ ਨੂੰ ਨਜਾਇਜ਼ ਦਬਾਓਗੇ ਤਾਂ ਇਹ ਪੰਜਾਬ ਦੇ ਲੋਕਾਂ ਦੀ ਪ੍ਰਵਿਰਤੀ ਹੈ ਕਿ ਇਹ ਕਦੇ ਵੀ ਤੱਕਾ ਸਹਿਣ ਨਹੀਂ ਕਰਦੇ ਜੇ ਮੇਰੇ ਨਾਲ ਤੱਕਾ ਹੋ ਰਿਹਾ ਤਾਂ ਅੱਜ ਮੇਰਾ ਸਾਰਾ ਪੰਜਾਬ ਮੇਰੇ ਨਾਲ ਆ ਕੇ ਖੜਾ ਹੋਇਆ ਮੈਂ 3 ਵਾਰ ਐਮਸੀ ਬਣਿਆ 2 ਵਾਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਲੋਕਾਂ ਨੇ ਮੈਨੂੰ ਬਣਾਇਆ ਆਜ਼ਾਦ ਐਮਐਲਏ ਲੋਕਾਂ ਨੇ ਮੈਨੂੰ ਜਿਤਾਇਆ ਅੱਜ ਪੂਰਾ ਚਮਕੌਰ ਸਾਹਿਬ ਹਲਕਾ ਮੇਰੇ ਨਾਲ ਇਦਾਂ ਕੰਧ ਮੰਗੂ ਆ ਕੇ ਖੜ ਗਿਆ ਮੈਨੂੰ ਸਾਰਿਆਂ ਨੇ ਕਿਹਾ ਕਿ ਅਸੀਂ ਤੇਰੇ ਨਾਲ ਐ ਤੂੰ ਆਪਣਾ ਕਿਸੇ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਣਾ ਪਰ ਮੈਂ ਆਪਣੇ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਆਪਣਾ ਇਹ ਪਿੱਠ ਨਹੀਂ ਦਿਖਾ ਸਕਦਾ ਮੈਂ ਲੋਕਾਂ ਦੇ ਨਾਲ ਖੜਨਾ ਹੈ ਲੋਕਾਂ ਦੇ ਨਾਲ ਹੀ ਮਰਨਾ ਹੈ ਚਾਹੇ ਉਹ ਮੈਨੂੰ ਕਰੋਨਾ ਮਾਰੇ ਚਾਹੇ ਕੋਈ ਹੋਰ ਮਾਰੇ ਲੇਕਿਨ ਮੈਂ ਪਬਲਿਕ আর ਆਪਣੇ ਪ੍ਰਿੰਸੀਪਲਾਂ ਤੋਂ ਪਿੱਛੇ ਕਦੇ ਨਹੀਂ ਹਟਣਾ ਤੇ ਨਾ ਮੈਂ ਹਟਿਆ ਇਸ ਲਈ ਨਾ ਮੈਂ ਰੀਤੇ ਦਾ ਕੰਮ ਕਰਾਂ ਨਾ ਮੈਂ ਬਜਰੀ ਦਾ ਕੰਮ ਕਰਾਂ ਨਾ ਮੇਰਾ ਕੋਈ ਸ਼ਰਾਬ ਦਾ ਕੰਮ ਹੈ ਨਾ ਮੇਰਾ ਕੋਈ ਨਜਾਇਜ਼ ਧੰਦਾ ਹੈ ਹੁਣ ਵੀ ਸਾਰਾ ਕੁਝ ਚੈੱਕ ਕਰਾ ਲਿਆ ਗਿਆ ਮੇਰਾ ਮੈਂ ਕਿਸੇ ਤਰ੍ਹਾਂ ਦੇ ਵੀ ਕੋਈ ਦੋ ਨੰਬਰ ਦੇ ਕੰਮ ਦੇ ਵਿੱਚ ਨਹੀਂ ਹੈ ਆਪਣੀ ਘੱਟ ਕਾਲਾਂਗੇ ਪੇਟ ਨੂੰ ਬੰਨ੍ਹ ਕੇ ਜੀਵਾਂਗੇ ਗਰੀਬ ਪਰਿਵਾਰ ਚ ਪੈਦਾ ਹੋਏ ਹਾਂ ਕੋਈ ਸਾਨੂੰ ਜ਼ਰੂਰੀ ਨਹੀਂ ਹੈ ਕਿ ਅਸੀਂ ਬਹੁਤ بڑے ਅਮੀਰ ਆਦੀ ਬਣੀਏ ਇਸ ਲਈ ਮੈਂ ਸਾਫ਼ ਤੌਰ ਤੇ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਾਫ਼ ਸੁਥਰਾ ਹੋ ਕੇ ਰਹਿਣਾ ਚਾਹੁੰਦਾ ਹਾਂ ਪਬਲਿਕ ਦੇ ਹਿੱਤ ਦੀ ਉਹ ਗੱਲ ਕਰਾਂਗਾ ਜਿਹੜੀ ਕਰਨੀ ਹੈ ਉਹਦੇ ਵਿੱਚ ਹੀ ਰਹਾਂਗਾ ਤੇ ਕਿਸੇ ਤਰ੍ਹਾਂ ਦੇ ਦਬਾਅ ਦੇ ਵਿੱਚ ਆਪਣੀ ਪਬਲਿਕ ਦੇ ਹਿੱਤ ਨਹੀਂ ਛੱਡਾਂਗਾ ਅੱਛਾ ਪਾਰਟੀ ਪ੍ਰੈਜ਼ੀਡੈਂਟ ਸੁਨੀਲ ਜਾਖੜ ਹੁਣਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੁਝ ਉਹਨਾਂ ਵੱਲੋਂ ਕੋਈ ਪ੍ਰੋਸਾ ਜਤਾਇਆ ਗਿਆ ਕਿ ਜੋ ਵੀ ਤੁਹਾਡੇ ਨਾਲ ਕੋਈ ਤਕੇਸ਼ਾ ਨਹੀਂ ਹੋਵੇਗੀ ਕਿਉਂਕਿ ਤੁਹਾਡੀ ਪਾਰਟੀ ਦੇ ਵਿੱਚ ਤੁਹਾਨੂੰ ਉੱਪਰ ਐਫ ਆਈ ਆਰ ਦੀ ਗੱਲ ਕੀਤੀ ਜਾ ਰਹੀ ਤੇ ਬਹੁਤ ਸੀਰੀਅਸ ਇਹ ਇੱਕ ਮੁੱਦਾ ਹੈਗਾ ਨਹੀਂ ਇਹ ਦੇਖੋ ਸੀਐਮ ਸਾਹਿਬ ਨੇ ਵੀ ਕਹਿਤਾ ਹੈ ਜਾਖੜ ਸਾਹਿਬ ਵੀ ਗੱਲ ਕਰਨਗੇ ਇਹ ਪਾਰਟੀ ਲੈਵਲ ਤੇ ਜਿਹੜੀ ਗੱਲ ਹੈ ਖਤਮ ਹੋ ਜਾਏਗੀ ਇਸੇ ਕਰਕੇ ਮੈਂ ਸਾਰੇ ਐਮਐਲਏ ਸਾਹਿਬਾਨ ਨੂੰ ਮੈਨੂੰ ਪੰਜਾਬ ਤੋਂ ਅੱਜ ਐਨੇ ਮੈਸੇਜ ਆਏ ਆ ਜੇ ਤੁਸੀਂ ਮੇਰਾ ਪੜੋ ਹੋਣੇ ਇਹਨਾਂ ਦੇ ਸਾਹਮਣੇ ਲੰਡਨ ਤੋਂ ਮੈਸੇਜ ਆ ਰਿਹਾ ਸੀ ਉੱਥੇ ਵੀ ਸਗਠਨ ਇਕੱਠੇ ਹੋ ਗਏ ਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਜੇ ਮੈਂ ਤਾਂ ਅੱਜ ਡਰ ਰਿਹਾ ਸਵੇਰ ਦਾ ਬੈਠਾ ਜੇ ਕਿਤੇ ਕਰਫਿਊ ਨਾ ਹੁੰਦਾ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਕਿ ਆ ਕਿਹ ਲੋਕ ਅੱਜ ਕਰਦੇ ਇਸ ਕਰਕੇ ਹਰ ਕਿਸੇ ਨੂੰ ਆਪਣੀ ਆਪਣੀ ਇੱਜ਼ਤ ਪਿਆਰੀ ਹੈ ਮੈਂ ਜਦ ਨਜਾਇਜ਼ ਕੋਈ ਕੰਮ ਨਹੀਂ ਕਰਨਾ ਤਾਂ ਆਪਣੀ ਇੱਜ਼ਤ ਵਾਸਤੇ ਫਿਰਦੇ ਆ ਪਬਲਿਕ ਦੇ ਹਿੱਤਾਂ ਦੇ ਤੇ ਪਬਲਿਕ ਦੀ ਇੱਜ਼ਤ ਵਾਸਤੇ ਫਿਰਦੇ ਜਿਹੜੇ ਸਾਡੇ ਮਗਰ ਫਿਰਦੇ ਐ ਐਸੀ ਉਹਨਾਂ ਦੇ ਮਗਰ ਹੀ ਹਮੇਸ਼ਾ ਰਹਿਣਾ ਹੈ ਕਿਸੇ ਬੰਦੇ ਨੂੰ ਤੁਸੀਂ ਆਪਣੀ ਵੋਟ ਦੇ ਦਿੰਦੇ ਹੋ ਉਸ ਤੇ ਬੜੀ ਕੋਈ ਚੀਜ਼ ਨਹੀਂ ਐ ਉਸ ਤੋਂ ਬਾਅਦ ਤੁਹਾਨੂੰ ਦੇ ਨਹੀਂ ਸਕਦੇ ਮੈਂ ਰੋਜ਼ ਕੋਰੋਨਾ ਦੇ ਵਿੱਚ ਆਪਣੇ ਹਲਕੇ ਜਾਂਦਾ ਮੈਂ ਹਸਤਾਲਾ ਜਾਂਦਾ ਮੇਰੇ ਪਿੰਡ ਦਾ ਮੇਰੇ ਇਲਾਕੇ ਦਾ ਇੱਕ ਸਰਪੰਚ ਮਰ ਗਿਆ ਮੈਂ ਉਹਦੀ ਕਰਮੇਸ਼ਨ ਤੇ ਗਿਆ ਜੇ ਕੋਈ ਹੋਰ ਨਾ ਖੜੇ ਤਾਂ ਮੈਂ ਆਪ ਕਰਮੇਸ਼ਨ ਕਰਨ ਨੂੰ ਤਿਆਰ ਸੀ ਇਸ ਕਰਕੇ ਇਹ ਐਸੀ ਤਾਂ ਪ੍ਰਾਣ ਦੇਣੇ ਤੱਕ ਜਾਣੇ ਵਾਲੇ ਉਹ ਲੋਕ ਹੈ আর ایسی ਲੋਕਾਂ ਦੇ ਹੀ ਵਿੱਚ ਰਹਿ ਕੇ গ্রাস রুড ਦੇ ਵਿੱਚ ਕੋ ਰਹਿੰਦੇ ਆ ਮੈਨੂੰ ਨਾ ਕੋਈ ਬੜੀਆਂ ਲੀਡਰੀਆਂ ਦੀ ਹੈ ਜੇ ਮੇਰੇ ਪਬਲਿਕ ਮੇਰੇ ਨਾਲ ਹੈ ਤਾਂ ਮੈਂ ਕਹਿੰਦਾ ਮੇਰਾ ਸਾਰਾ ਕੁਝ ਹੈ ਤੁਸੀਂ ਵਿੱਤ ਮੰਤਰੀ ਮਨਪ੍ਰীত ਬਾਦਲ ਉਹਨਾਂ ਨਾਲ ਤੁਹਾਡੀ ਬੜੀ ਲੰਬੀ ਐਸੋਸੀਏਸ਼ਨ ਹੈ ਤੁਸੀਂ ਇੱਕ ਪੋਲੀਟিক্যাল ਆਊਟਫਿਟ ਵੀ ਬਣਾਈ ਸੀ ਉਹਨਾਂ ਵੱਲੋਂ ਕੀ ਸਪੋਰਟ ਆਇਆ ਹਾਲਾਂਕਿ ਉਹ ਆਪਣੇ ਪਿਤਾ ਜੀ ਦਾ ਇਲਾਜ ਕਰਾ ਰਹੇ ਲੇਕਿਨ ਅੱਜ ਜਿਵੇਂ ਤ੍ਰਿਪਤ ਬਾਜਵਾ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਮੇਰੇ ਦੋਨੋਂ ਭਰਾ ਕਹਿਣਗੇ ਉਹਨਾਂ ਨਾਲ ਸਹਿਮਤ ਆ ਉਹਨਾਂ ਦੇ ਨਾਲ ਚੱਲਾਂਗਾ ਮਨਪ੍ਰੀਤ ਜੀ ਨੇ ਜਿਹੜੀ ਗੱਲ ਸੀ ਜੋ ਮੇਰੀ ਗੱਲ ਸੀ ਐਸੀ ਕੈਬਨਿਟ ਤੋਂ ਪਹਿਲਾ ਮੁੱਖ ਮੰਤਰੀ ਜੀ ਨੂੰ ਦੱਸ ਦਿੱਤੀ ਹੈ ਕੈ ਉਹਨਾਂ ਨੇ ਕਿਹਾ ਜੀ ਕੈਬਨਿਟ ਦੇ ਵਿੱਚ ਸਾਰੀ ਗੱਲ ਕਰੋ ਐਸੀ ਕੈਬਨਿਟ ਨੂੰ ਸਾਰਿਆਂ ਨੂੰ ਦੱਸ ਦਿੱਤੀ ਕੈਬਨਿਟ ਨੇ ਇਕੱਠੇ ਹੋ ਕੇ ਇੱਕ ਡਿਸੀਜਨ ਲੈ ਲਿਆ ਹੁਣ ਇਹ ਗੱਲ ਕੈਬਨਿਟ ਦੇ ਔਰ ਸੀਐਮ ਸਾਹਿਬ ਕੋਲ ਹੈ ਨਾ ਮਨਪ੍ਰੀਤ ਜੀ ਕੋਲੇ ਨਾ ਮੇਰੇ ਕੋਲ ਹੈ ਜੋ ਉਹਨਾਂ ਨੇ ਡਿਸੀਜਨ ਲੈਣਾ ਸੀ ਉਹਨਾਂ ਦੇ ਤੇ ਅੱਛਾ ਪੰਜਾਬ ਦੇ ਲੋਕ ਇਹ ਵੀ ਜਾਨਣਾ ਚਾਹਣਗੇ ਕਿ ਕਿਉਂਕਿ ਮੁੱਦਾ ਸ਼ੁਰੂ ਹੋਇਆ ਸੀ ਮੰਤਰੀ ਬਨਾਮ ਜਿਹੜੇ ਹੈ ਚੀਫ ਸੈਕਟਰੀ ਔਰ ਉਸ ਦਿਨ ਮੀਟਿੰਗਸ ਹੋਇਆ ਕੀ ਸੀ ਆਖਿਰ ਕਿਹੋ ਜੀ ਲੈਂਗੁਏਜ ਯੂਜ਼ ਕੀਤੀ ਗਈ ਸੀ ਕਿ ਤੁਹਾਨੂੰ ਸਾਰਿਆਂ ਨੂੰ ਵਾਕਆਊਟ ਕਰਨਾ ਪਿਆ ਇਦਾਂ ਕਿ ਕੁਝ ਗੱਲਾਂ ਕੈਬਨਿਟ ਦੇ ਔਰ ਮੰਤਰੀਆਂ ਦੇ ਅੰਦਰ ਦੀਆਂ ਹੁੰਦੀਆਂ ਇਸ ਲਈ ਮੈਨੂੰ ਕੋਈ ਰਾਈਟ ਨਹੀਂ ਮੈਂ ਇੱਕ ਮੰਤਰੀ ਹਾਂ ਟੈਕਨੀਕਲ ਐਜੂਕੇਸ਼ਨ ਟੂਰਿਜ਼ਮ ਡਿਪਾਰਟਮੈਂਟ ਦਾ 18 ਮੰਤਰੀਓ ਦੇ ਵਿੱਚ ਹੈ ਜਦੋਂ ਐਸੀ ਮੰਤਰੀ ਬਣਦੇ ਇੱਕ ਸੋਚ ਚੱਕਦੇ ਆ ਕਿ ਜੀ ਐਸੀ ਵਿਸ਼ਵਾਸ ਪਾਤਾ ਰਹਿਣਾ ਤੇ ਇਸ ਮੈਂ ਉਹ ਵਿਸ਼ਵਾਸ ਨੂੰ ਤੋੜਨਾ ਨਹੀਂ ਚਾਹੁੰਦਾ ਜੋ ਅੰਦਰ ਦੀਆਂ ਗੱਲਾਂ ਉਹ ਅੰਦਰ ਦੀਆਂ ਹੀ ਹੁੰਦੀਆਂ ਮੈਂ ਉਹ ਕਦੇ ਲੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਅੱਛਾ ਤ੍ਰਿਪਤ ਬਾਜਵਾ ਤੁਹਾਡੇ ਬਿਲਕੁਲ ਗਵੰਢੀ ਨੇ ਇਸ ਤੋਂ ਬਾਅਦ ਜਦੋਂ ਇਹ ਵਿਵਾਦ ਹੋਇਆ ਬਹੁਤ ਸਾਰੇ ਐਮ ਐਲ ਏ ਤੁਹਾਡੀ ਆਵਾਜ਼ ਬਣ ਕੇ ਬਾਹਰ ਆਏ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਹੈ ਮੈਂ ਦੁਬਾਰਾ ਤੁਹਾਨੂੰ ਕੰਟੈਕਟ ਕਰਨ ਦੀ ਕਿ ਮੇਰੇ ਕੋਲ ਗਲਤੀ ਹੋਈ ਜਾਂ ਕੋਈ ਕੋਈ ਇਹੋ ਜੀ ਗੱਲ ਵੀ ਮੇਰਾ ਕੋਈ ਕਹਿਣ ਦਾ ਅੰਦਾਜ਼ ਕੋ ਛੋਰ ਸੀਗਾ ਨੇ ਜਿਸ ਤਰ੍ਹਾਂ ਅਜੂਨਾ ਨੇ ਬੜੇ ਪਿਆਰ ਦੇ ਨਾਲ ਕਿਹਾ ਮੇਰਾ ਛੋਟਾ ਭਾਈ ਹੈ ਐਸੀ ਦੋਨੋਂ ਭਰਾ ਹੈ ਮੈਂ ਉਹਨਾਂ ਦੇ ਘਰ ਜਾਂਦਾ ਮੈਂ ਉਹਨਾਂ ਦੇ ਘਰ ਜਾਂਦਾ ਇਹ ਗੱਲ ਠੀਕ ਹੈ ਉਹ ਹੁਣ ਵੀ ਇਸੇ ਤਰ੍ਹਾਂ ਗੱਲ ਕਰ ਲੈਂਦੇ ਮੈਨੂੰ ਬੁਲਾ ਲੈਂਦੇ ਇਹ ਆਪ ਆ ਜਾਂਦੇ ਮੁੱਖ ਮੰਤਰੀ ਜੀ ਨੂੰ ਕਹਿ ਦਿੰਦੇ ਕਿਸੇ ਹੋਰ ਭਰਾ ਨੂੰ ਕਹਿ ਦਿੰਦੇ ਇਕੱਠੇ ਬੈਠ ਕੇ ਆਪਾਂ ਗੱਲ ਕਹਿ ਦਿੰਦੇ ਜੀ ਕੋਈ ਗੱਲ ਨਹੀਂ ਗੱਲ ਖਤਮ ਹੈ ਲੇਕਿਨ ਇਹ ਤਰੀਕੇ ਦੇ ਨਾਲ ਕਿ ਜੀ ਪ੍ਰੈਸ ਦੇ ਵਿੱਚ ਆ ਕੇ ਪਾਰਟੀ ਵਿੱਚ ਨਾ ਜਾ ਕੇ ਪ੍ਰੈਸ ਵਿੱਚ ਆ ਕੇ ਇਹ ਕੋਈ ਅੱਛੀ ਗੱਲ ਨਹੀਂ ਸੀ ਉਹਨਾਂ ਨੇ ਅੱਜ ਜੋ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਇੱਕ ਗੱਲ ਕਹੀ ਹੈ ਉਹਨਾਂ ਨੇ ਇਹ ਕਹਿਣਾ ਸੀ ਕਿ ਮੇਰਾ ਕੁਝ ਇਹੋ ਜਿਹਾ ਕੋਈ ਮੈਸੇਜ ਮੇਰਾ ਕੁਝ ਹੋਰ ਸੀਗਾ ਉਹ ਸ਼ਾਇਦ ਗਲਤ ਸਮਝਿਆ ਔਰ ਸੈਕੰਡ ਉਹਨਾਂ ਨੇ ਕਿਹਾ ਹੈ ਕਿ ਕਾਦੀਆਂ ਸ਼ਹਿਰ ਦੀ ਪੋਲਿਟਿਕਸ ਜਿਹੜੀ ਹੈ ਉਸ ਕਰਕੇ ਚੱਕਰ ਵੀ ਬਣ ਰਿਹਾ ਉਹਨਾਂ ਦੇ ਆਸ-ਪਾਸ ਕੀ ਸਹਿਮਤ ਹੋ ਉਹਨਾਂ ਨਾਲ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜੁਗਿੰਦਰਪਾਲ ਭੋਆ ਨੇ ਬਿਆਨ ਦਿੱਤਾ ਹੈ ਉਹ ਬਾਜਵਾ ਕੈਂਪਲੋਂ ਆਇਆ ਹੈ ਉਹਨਾਂ ਨੇ ਸਾਫ਼ ਇਨਕਾਰ ਕੀਤਾ ਕਿ ਉਹਨਾਂ ਨੇ ਕੋਈ ਲੈਂਗੁਏਜ ਇਹੋ ਜਿਹੀ ਯੂਜ਼ ਕੀਤੀ ਨਹੀਂ ਹੈ ਦੇਖੋ ਇੱਕ ਤਾਂ ਉਹਨਾਂ ਨੇ ਕਿਹਾ ਕਿ ਜੀ ਮੈਂ ਸ਼ੁਰੂ ਤੋਂ ਕਾਂਗਰਸੀ ਐ ਬਾਅਦ ਵਿੱਚ ਕਾਂਗਰਸ ਚਾਹੇ ਐ ਸ਼ੇਡੂਲ ਕਾਸਟ ਹੈ ਜਿਹੜਾ ਪੰਜਾਬ ਦਾ ਉਹ ਜਨਮ ਜਨਮਾਂਤਰ ਤੋਂ ਕਾਂਗਰਸੀ ਹੈ ਪੂਰੇ ਹਿੰਦੁਸਤਾਨ ਦੇ ਜਨਮ ਜਨਮਾਂਤਰ ਤੋਂ ਕਾਂਗਰਸੀ ਹੈ ਕਿਉਂਕਿ ਸਾਨੂੰ ਰਿਜ਼ਰਵੇਸ਼ਨ ਇਹ ਕਾਂਗਰਸ ਪਾਰਟੀ ਨੇ ਦਿੱਤੀ ਹੈ ਅੱਜ ਜੇ ਮੈਂ ਪੜ ਕੇ ਅੱਗੇ ਵਧਿਆ ਜਾਂ ਮੈਂ ਐਮਐਲਏ ਬਣਿਆ ਤਾਂ ਹੀ ਇਹ ਜੇ ਰਿਜ਼ਰਵੇਸ਼ਨ ਹੈ ਇਹ ਇਸ ਕਰਕੇ ਐਸੀ ਤਾਂ ਜਨਮ ਜਨਮਾਂਤਰ ਤੋਂ ਕਾਂਗਰਸੀ ਹੈ ਸਾਨੂੰ ਇਹ ਕਹਿਣਾ ਕਿ ਜੀ ਇਹ ਬਾਅਦ ਚ ਆਏ ਪਹਿਲਾ ਇਹ ਸਹੀ ਗੱਲ ਨਹੀਂ ਦੂਸਰਾ ਤੁਸੀਂ ਪੁੱਛਿਆ ਕਿ ਕੀ ਪੁੱਛਿਆ ਤੁਸੀਂ ਦੱਸੋ ਤੁਸੀਂ ਕਾਦਿਆਂ ਦੀ ਗੱਲ ਕੀਤੀ ਉਹਨਾਂ ਨੇ ਕਿ ਕਾਦਿਆਂ ਦੀ ਪੋਲਿਟਿਕਸ ਜਿਹੜੀ ਹੈ ਉਸ ਕਰਕੇ ਜੁਗਿੰਦਰਪਾਲ ਉਹਨਾਂ ਨੇ ਅਟੈਕ ਕੀਤਾ ਉਹਨਾਂ ਤੇ ਉਹਨਾਂ ਦਾ ਹੀ ਕਹਿਣਾ ਨਹੀਂ ਨਹੀਂ ਦੇਖੋ ਜੁਗਿੰਦਰਪਾਲ ਜੀ ਮੇਰੇ پاس ਆਏ ਮੈਂ ਜਿਸ ਤਰ੍ਹਾਂ ਹੋਰ ਹਮ ਆਪਣੇ ਕਲੀਗਜ਼ ਨੂੰ ਗੱਲ ਦੱਸੀ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਵਾਪਰੀ ਹੈ ਉਸ ਤਰ੍ਹਾਂ ਮੈਂ ਜੁਗਿੰਦਰਪਾਲ ਜੀ ਨੂੰ ਦੱਸਦੀ ਮੈਂ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਕੋਈ ਬਿਆਨ ਦਿਓ ਉਹਨਾਂ ਨੇ ਆਪਣੇ ਪੱਧਰ ਤੇ ਇੱਥੇ ਇਕੱਲਾ ਇਕੱਲਾ ਦਾ ਪੰਜਾਬ ਦਾ ਤੁਰਿਆ ਹੋਇਆ ਬਿਆਨ ਦੇਣ ਵਾਸਤੇ ਮੇਰੇ ਹੱਕ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਉਹਨਾਂ ਨੇ ਮੇਤੇ ਕੀ ਲੈਣਾ ਮੈਂ ਦੂਸਰੀ ਪਾਰਟੀ 'ਚ ਲੇਕਿਨ ਉਹਦਾ ਮੈਨੂੰ ਟੈਲੀਫੋਨ ਆਇਆ ਕਿ ਜੀ ਐਸੀ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਚੀਮਾ ਜੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਅਸੀਂ ਤੁਹਾਡੇ ਨਾਲ ਤੀਨੂ ਐਮਐਲਏ ਅਕਾਲੀ ਦਲ ਦੇ ਆ ਮੈਨੂੰ ਕੀ ਲੈਣਾ ਉਹਨਾਂ ਨੇ ਮੈਨੂੰ ਪਤਾ ਲੱਗਿਆ ਮੈਂ ਸੁਣਿਆ ਨਹੀਂ ਕਿ ਉਹਨਾਂ ਨੇ ਵੀ ਕਿਹਾ ਮੈਂ ਤਾਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਬੋਲਿਆ ਬਹੁਤ ਅਸਿਸੂਏਸ਼ਨਾਂ ਬੋਲੀਆਂ ਬਹੁਤ ਲੋਕ ਪੰਜਾਬ 'ਚੋਂ ਮੈਨੂੰ ਮੈਸੇਜ ਕਰ ਰਹੇ ਆ ਬਾਰੋਂ ਮੈਸੇਜ ਆ ਰਹੇ ਆ ਲੇਕਿਨ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਗੱਲ ਮੁੱਖ ਮੰਤਰੀ ਜੀ ਦੇ ਅਧਿਕਾਰ ਖੇਤਰ ਚ ਆਪਾਂ ਉਹਨਾਂ ਦੇ ਅਧਿਕਾਰ ਖੇਤਰ ਚ ਰਹਿਣ ਦੀ ਹੈ ਆਪਾਂ ਇਸ ਗੱਲ ਨੂੰ ਹੋਰ ਜ਼ਿਆਦਾ ਨਾ ਵਧਾਈਏ। ਤਾਂ ਫਿਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ? ਕੋਈ ਸਵਾਲ ਹੈ ਮੈਂ ਚੰਨੀ ਸਾਹਿਬ ਇੱਕੋ ਸਵਾਲ ਹੈ ਲਾਸਟ ਕਿ ਤੁਸੀਂ ਕਿਹਾ ਕਿ ਪੜਤਾਲ ਨਾ ਮੇਰਾ ਮਾਫੀਆ ਦਾ ਕੰਮ ਨਾ ਰਹੀਦ ਦਾ ਨਾ ਸ਼ਰਾਬ ਦਾ। ਯਾਨੀ ਕਿ ਪੜਤਾਲ ਤੁਸੀਂ ਕਿਹਾ ਉਹਨਾਂ ਨੇ ਮੇਰੀ ਕਰ ਲਈ ਯਾਨੀ ਕਿ ਪੜਤਾਲ ਹੋਣੀ ਸ਼ੁਰੂ ਹੋ ਗਈ ਹੈ ਤੁਹਾਡੀ ਕਿ ਤੁਸੀਂ ਕਿਹਾ ਕਿ ਪੜਤਾਲ ਤੁਸੀਂ ਪਤਾ ਕਿ ਹਰ ਗੱਲ ਦੀ ਆਪਾਂ ਬਾਲ ਦੀ ਖਲ ਨਹੀਂ ਤਾਰਨੀ। ਮੇਰਾ ਇੱਕ ਸਿੰਪਲ ਜਿਹਾ ਸਟੈਂਡ ਹੈ। ਕਿ ਮੈਂ ਲੋਕਾਂ ਦਾ ਹਾਂ ਮੈਂ ਲੋਕਾਂ ਵਿੱਚ ਹੀ ਰਹਿੰਦਾ ਤੁਹਾਨੂੰ ਮੁੱਖ ਮੰਤਰੀ ਦੇ ਆਪਣੇ ਪੂਰੀ ਮੈਨੂੰ ਪੂਰਾ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ ਜਿੰਨਾ ਤੁਸੀਂ ਕਹਿ ਸਕਦੇ ਉਸ ਤੋਂ ਜ਼ਿਆਦਾ ਤੇ ਜਾਖੜ ਸਾਹਿਬ ਨੇ ਵੀ ਕਿਹਾ ਅੱਛਾ ਇੱਕ ਇੱਕ ਮੈਂ ਆਖਰੀ ਸਵਾਲ ਪੁੱਛਣਾ ਚਾਹਣਾ ਬਹੁਤ ਸਾਰੇ ਐਮ ਐਲ ਏਜ਼ ਦੀ ਸ਼ਾਇਦ ਪਰਸਨਲ ਵੀ ਅਗਰੀਵੈਂਸ ਹੈਗੀ ਹੈ ਕਿ ਅਫਸਰ ਜਿਹੜੇ ਉਹਨਾਂ ਦੀਆਂ ਫਾਈਲਾਂ ਦਬਾ ਕੇ ਬੰਦੇ ਆ ਔਰ ਪਿਛਲੇ 3 ਸਾਲ ਛੋਇਆ ਕੋਈ ਤੁਹਾਡੇ ਨਾਲ ਵੀ ਕਦੀ ਐ ਹੋਇਆ ਕਿ ਤੁਸੀਂ ਐਜ਼ ਅ ਮਿਨਿਸਟਰ ਪਿਲਾਂ ਨੂੰ ਹੁਣ ਤੁਸੀਂ ਜਿਹੜੀਆਂ ਸਰਕਾਰ ਦੀਆਂ ਗੱਲਾਂ ਨੂੰ ਆਪਾਂ ਇੱਕ ਵਿਸ਼ੇ ਤੇ ਰਹੀਏ ਐਦਾਂ ਤਾਂ ਫਿਰ ਬਹੁਤ ਵਿਸ਼ੇ ਹੈ ਜਿਹੜਾ ਨੂੰ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਮੈਂ ਉਹਦੇ ਤੁਹਾਨੂੰ ਸਹੀ ਜਵਾਬ ਦੇ ਸਕਦਾ ਇਸ ਲਈ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਪਾਸ ਆਏ ਹੋ ਥੈਂਕ ਯੂ ਸੋ ਇਹ ਸੀਗੇ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਜਿਸ ਤਰ੍ਹਾਂ ਦੀ ਭਾਸ਼ਾ ਯੂਜ਼ ਕੀਤੀ ਗਈ ਸੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਨਾਲ ਬੜਾ ਸੈਟਬੈਕ ਹੋਇਆ ਸੀ ਕਿ ਉਹਨਾਂ ਦੀ ਪਾਰਟੀ ਦੇ ਖੁਦ ਜਿਹੜੇ ਮੰਤਰੀ ਹੈ ਉਹਨਾਂ ਨੂੰ ਐਡਵਾਈਸ ਕਰਦੇ ਕਰਦੇ ਉਹਨਾਂ ਨੂੰ ਧਮਕੀ ਭਰੇ ਅੰਦਾਜ਼ ਚ ਕਹਿ ਗਏ ਔਰ ਖਾਸ ਗੱਲ ਇਹ ਕਿ ਕਾਂਗਰਸ ਦੇ ਨਾਲ-ਨਾਲ ਕਾਂਗਰਸ ਤੋਂ ਬਾਹਰ ਜਿਹੜੇ ਬਹੁਤ ਸਾਰੇ ਪੋਲਿਟੀਕਲ ਪਾਰਟੀਆਂ ਰਾਈਵਲ ਪਾਰਟੀਆਂ ਹੈ ਉਹ ਵੀ ਖੁੱਲ ਕੇ ਉਹਨਾਂ ਦੀ ਸਪੋਰਟ ਚ ਆ ਗਈਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮੁੱਦਾ ਹੈ ਸ਼ਾਇਦ ਇੱਥੇ ਖਤਮ ਨਹੀਂ ਹੋਏਗਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਸੀਐਮ ਸਾਹਿਬ ਦੇ ਉੱਪਰ ਇਹ ਛੱਡਤਾ ਹੈ ਕਿ ਉਹ ਹੀ ਡਿਸੀਜਨ ਲੈਣਗੇ ਲੇਕਿਨ ਵੱਡਾ ਸਵਾਲ ਇਹ ਹੈ ਕਿ ਆਖਿਰ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਨੂੰ ਜੀ ਜ਼ਰੂਰਤ ਸੀ ਕਿ ਉਹ ਕਿਹਦਾ ਮੈਸੇਜ ਲੈ ਕੇ ਆਏ ਸੀ ਸੀਐਮ ਸਾਹਿਬ ਵੱਲੋਂ ਮੈਸੇਜ ਲੈਣ ਆਏ ਸੀ ਜਾਂ ਬਿਊਰੋਕਰੇਟਸ ਦੇ ਜਿਹੜੇ ਨੇ ਉਸ ਲੌਬੀ ਤੋਂ ਜਿਹੜਾ ਮੈਸੇਜ ਉਹ ਇੱਥੇ ਲੈ ਕੇ ਆਏ ਸੀ ਤਾਂ ਭੈਣ ਤੁਹਾਨੂੰ ਕੀ ਲੱਗਦਾ ਹੈ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਧਮਕੀ ਭਰੇ ਅੰਦਾਜ਼ ਚ ਕਿਹਾ ਗਿਆ ਲੇਕਿਨ ਤ੍ਰਿਪਤ ਬਾਜਵਾ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਸੀਗਾ ਉਹ ਇੱਕ ਡਵਾਈਸ ਦੇਣ ਆਏ ਸੀ ਤੁਸੀਂ ਉਸ ਵੇਲੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਸੀ ਜੀ ਬਿਲਕੁਲ ਅਗਰ ਜਗਦੀਪ ਜੀ ਦੇਖਿਆ ਜਾਂਦਾ ਤਾਂ ਈਗੋ ਕਲੈਸ਼ ਜਦੋਂ ਇਸ ਤਰ੍ਹਾਂ ਦੇ ਵੱਡੇ ਮੰਤਰੀ ਜਿਹੜੇ ਹੋ ਗਏ ਨੇ ਉਹਨਾਂ ਦਾ ਜਦੋਂ ਈਗੋ ਕਲੈਸ਼ ਹੋ ਜਾ ਤਾਂ ਤੇ ਇਸੇ ਸਰਕਾਰ ਜਿਹੜੀ ਪਾਰਟੀ ਹੈ ਉਹਨੂੰ ਖਮਿਆਜਾ ਭੁਗਤਣਾ ਪੈਂਦਾ ਜਿਵੇਂ ਕਿ ਤ੍ਰਿਪਤ ਰਿੰਦਰ ਸਿੰਘ ਬਾਜਵਾ ਨੂੰ ਜੋ ਸਵਾਲ ਕੀਤਾ ਗਿਆ ਕਿ ਇਹ ਕਿੱਡਾ ਨੁਕਸਾਨ ਹੈ ਉਹਨਾਂ ਨੇ ਕਿਹਾ ਕਿ ਬਹੁਤ ਤਰਾਸਦੀ ਹੈ ਬਹੁਤ ਦੁਰਭਾਗੇਪੂਰਨ ਗੱਲ ਹੈਗੀ ਕਿ ਇਸ ਤਰ੍ਹਾਂ ਹੀ ਤਰਾਸਦੀ ਪਾਰਟੀ ਖਿੰਡਰੀ ਪਈ ਹੈ ਕਿ ਇੱਕ ਲੋਬੀ ਤਿਆਰ ਕਰ ਲਈਤੀ ਗਈ ਹੈ ਜਿਵੇਂ ਕਿ ਅਸੀਂ ਦੇਖਿਆ ਸੀਗਾ ਕਿ ਰਾਜਾ ਵੜਿੰਗ ਦੇ ਕੈਂਪੇਨ ਚੱਲੀ ਉਹਨਾਂ ਦੇ ਸੋਸ਼ਲ ਅਕਾਊਂਟ ਦੇ ਉੱਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਸਭ ਤੋਂ ਪਹਿਲੀ ਉਹਦੇ ਕਮੈਂਟ ਕੀਤਾ 9:00 ਵਜੇ ਉਹ ਕਰਦੇ ਨੇ ਕਮੈਂਟ ਸਵੇਰੇ ਯਾਨੀ ਕਿ ਸਵੇਰ ਤੋਂ ਹੀ ਲੋਬੀ ਅੱਜ ਅੱਜ ਬਹੁਤ ਸਾਰੇ ਐਮ.ਐਲ.ਏ.ਸ ਚੰਡੀਗੜ੍ਹ ਇਕੱਠੇ ਹੋਣੇ ਸੀ ਤੁਸੀਂ ਉਹਨਾਂ ਨੂੰ ਦਿਨ ਭਰ ਟਰੈਕ ਕਰ ਰਹੇ ਸੀ ਕੋਈ ਗੱਲਬਾਤ ਹੋ ਪਈ ਹੈ ਕਿ ਉਹ ਸੀਐਮ ਸਾਹਿਬ ਨੂੰ ਮਿਲਣ ਗਏ ਨੇ ਜਾਂ ਨਹੀਂ ਮਿਲੇ ਜਿ ਉਹਨਾਂ ਨੂੰ ਵਕਤ ਮਿਲਿਆ ਹੈ ਔਰ ਜੋ ਉਹਨਾਂ ਦੀ ਗ੍ਰੀਵੈਂਸ ਸੀਗੀਆਂ ਬਿਊਰੋਕ੍ਰੇਸੀ ਨੂੰ ਲੈ ਕੇ ਤੁਸੀਂ ਸੀਗੀਆਂ ਖਾਸ ਤੌਰ ਤੇ ਜਿਹੜਾ ਚਰਨਜੀਤ ਚੰਨੀ ਉਹਨਾਂ ਤੇ ਅਟੈਕ ਕੀਤਾ ਜਾਂ ਉਹਨਾਂ ਨੂੰ ਐਡਵਾਈਸ ਕੀਤੀ ਗਈ ਹੈ ਉਸ ਬਾਰੇ ਤੁਹਾਡੇ ਕੋਈ ਗੱਲਬਾਤ ਹੋ ਪਈ ਐ ਐਮਐਲਏ ਨਾਲ ਜੀ ਬਿਲਕੁਲ ਅਸੀਂ ਗੱਲ ਕਰਨ ਦੀ ਕੋਈ ਸੂਤਰਾਂ ਤੋਂ ਜਿਵੇਂ ਕਿ ਅ ਸੀਐਮ ਹਾਊਸ ਤੋਂ ਜਿਹੜੀਆਂ ਕਾਲਸ ਗਈਆਂ ਨੇ ਜਿਹੜੇ ਐਮਐਲਏ ਨੇ ਆਣਾ ਸੀਗਾ ਕਈ ਐਮਐਲਐਸ ਨੂੰ ਜਿਹੜੀਆਂ ਕਾਲਸ ਗਈਆਂ ਨੇ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਸ਼ਾਂਤ ਹੋਣ ਦਿਓ ਕਿ ਜਿਵੇਂ ਕਿ ਤੁਸੀਂ ਵੀ ਕਿਹਾ ਹੋਣੇ ਕਿ ਜਿਹੜੇ ਤ੍ਰਿਪਤ ਰਿੰਦਰ ਸਿੰਘ ਬਾਜਵਾ ਸੀਗੇ ਕਿ ਆਖਿਰ ਉਹ ਕਿਹਦਾ ਮੈਸੇਜ ਲੈ ਕੇ ਚੰਨੀ ਸਾਹਿਬ ਕੋਲ ਆਏ ਸੀਗੇ ਵੱਡੇ ਸਵਾਲ ਇਹ ਨੇ ਕਿ ਇੰਨੀ ਅੱਜ ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਅਗਰ ਆਪਾਂ ਸਮੀਕਰਨ ਦੇਖੀਏ ਕਾਂਗਰਸ ਦਾ ਕੀ ਬੰਦਾ ਪਿਆ ਭਗਵੰਤ ਮਾਨ ਕਾਲ ਕਰ ਰਹੇ ਨੇ ਪਵਨ ਟੀਨੂ ਕਾਲ ਕਰ ਰਹੇ ਨੇ ਸਾਰੇ ਜਿਹੜੇ ਯਾਨੀ ਕਿ ਹੁਣ ਸ਼ਕਤੀ ਪ੍ਰਦਰਸ਼ਨ ਹੋ ਗਿਆ ਇੱਕ ਤਰ੍ਹਾਂ ਦਾ ਅਗਰ ਦਲਿਤ ਦੀ ਗੱਲ ਹੁੰਦੀ ਕਿ ਅਗਰ ਆਪਾਂ ਜਦੋਂ ਇਲੈਕਸ਼ਨ ਆਉਂਦੇ ਨੇ ਦੂਜੀ ਪਾਰਟੀ ਤੀਜੀ ਪਾਰਟੀਆਂ ਦੀ ਗੱਲ ਹੁੰਦੀ ਆ ਉਦੋਂ ਇਹ ਸਵਾਲ ਉੱਠਦੇ ਨੇ ਕਿ ਸ਼ਕਤੀ ਪ੍ਰਦਰਸ਼ਨ ਦਲਿਤ ਉਦੋਂ ਕਾਰਡ ਖੇਡਿਆ ਜਾਂਦਾ ਜਿਹੜਾ ਕਿ ਖੇਡਿਆ ਕਈ ਸਾਲਾਂ ਤੋਂ ਖੇਡਿਆ ਆਂਦਾ ਤੇ ਅੱਜ ਜਿਹੜਾ ਕਾਰਡ ਪਾਰਟੀ ਦੇ ਵਿੱਚ ਹੀ ਜਿਹੜਾ ਉਹ ਖੇਡਣ ਦੇ આરોਪ ਲੱਗਦੇ ਪਏ ਨੇ ਹੁਣ ਅੱਜ 25 ਐਮਐਲਏ ਲਗਭਗ ਜਿਹੜੇ ਆਣੇ ਸੀਗੇ ਅਸੀਂ ਅਲੱਗ-ਅਲੱਗ ਲੀਡਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ 25 ਦੇ ਕਰੀਬ ਆਣੇ ਸੀਗੇ ਤੇ ਕਈ ਮੰਤਰੀ ਵੀ ਜਿਹੜੇ ਨੇ ਉਹ ਸ਼ਾਮਲ ਹੋਣੇ ਸੀਗੇ ਲੇਕਿਨ ਉਹਨਾਂ ਨੂੰ ਰੋਕਤਾ ਗਿਆ ਕੋਈ ਪਾਰਟੀ ਦੀ ਕਿਰਕਰੀ ਹੋਰੀ ਪੂਰੇ ਸੂਬਿਆਂ ਦੀ ਗੱਲ ਕਰੀਏ ਕਰੋਨਾ ਕਰੋਨਾ ਹੋਇਆ ਪਹਿਲੇ ਕਿਨ ਪੰਜਾਬ 'ਚ ਪਹਿਲੇ ਸ਼ਰਾਬ ਪਾਲਿਸੀ ਦੇ ਉੱਪਰ ਕਿੰਨੀ ਕਿਰਕਰੀ ਹੋਈ ਹੁਣ ਆਪਸੀ ਜਿਹੜਾ ਕਲੈਸ਼ ਹੈ ਉਹ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਹੁਣ ਹਾਈ ਕਮਾਂਡ ਨੂੰ ਯਾਦ ਕਰ ਰਹ ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦਾ ਛੱਡਤਾ ਕਿ ਮੁੱਖ ਮੰਤਰੀ ਦਾ ਹਜ ਤੱਕ ਉਹਨਾਂ ਨੇ ਆਪਣਾ ਹਸਕੇ ਇਹਦੇ ਵਿੱਚ ਕੁਝ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੂੰ ਹੁਣ ਇਹਦੇ ਵਿੱਚ ਇੰਟਰਫੀਰੈਂਸ ਕਰਨੀ ਇਹ ਵੀ ਵੱਡੀ ਗੱਲ ਹੈ ਕਿ ਕੱਲ ਤੋਂ ਲੈ ਕੇ ਹੁਣ ਤੱਕ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਾਮਲਾ ਸੁਲਝਾਣਾ ਹੁੰਦਾ ਤਾਂ 1 ਮਿੰਟ ਲੱਗਦਾ ਇਹਦੇ ਨਾਲ ਦੀ ਕੋਠੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਹੈ ਤੇ ਪਿਛਲੀ ਕੋਠੀ ਯਾਨੀ ਕਿ ਅਧੇ ਕਿਲੋਮੀਟਰ ਦਾ ਵੀ ਕੋਈ ਅੰਤਰ ਨਹੀਂ ਹੈਗਾ ਤੇ ਸੀਐਮ ਚਾਹੁੰਦੇ ਤਾਂ ਹੁਣ ਤੱਕ ਮਾਮਲਾ ਸੁਲਝ ਜਾਣਾ ਲੇਕਿਨ ਹੁਣ ਜੋ ਸਮੀਕਰਨ ਬਣ ਰਿਹਾ ਤੁਹਾਡੇ ਸਾਹਮਣੇ ਹੈ ਬਿਲਕੁਲ ਅਚਰਨਜੀਤ ਸਿੰਘ ਚਰਨੀ ਦੇ ਜਿਹੜੇ ਇੱਕ ਪਾਸੇ ਪੰਜਾਬ ਦੇ ਸੀਐਮ ਦਾ ਘਰ ਹੈ ਔਰ ਬਿਲਕੁਲ ਠੀਕ ਪਿੱਛੇ ਜਿਹੜਾ ਤ੍ਰਿਪਤ ਰਦੀਂਦਰ ਸਿੰਘ ਬਾਜਵਾ ਦਾ ਘਰ ਆ ਲੇਕਿਨ ਜਿਸ ਤਰ੍ਹਾਂ ਪਿਛਲੇ 2 ਦਿਨ ਚ ਇੱਕ ਗੱਲਾਂ ਸਾਹਮਣੇ ਬਾਹਰ ਆਈਆਂ ਨੇ ਕਿਤੇ ਨਾ ਕਿਤੇ ਕਾਂਗਰਸ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਕਿਉਂਕਿ ਚੋਣਾਂ ਨੂੰ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਹੈ ਲੇਕਿਨ ਕਰੀਬ 1.5 ਸਾਲ ਬਾਕੀ ਹੈ ਲੇਕਿਨ ਵਿਰੋਧੀ ਜਿਸ ਤਰ੍ਹਾਂ ਕਾਂਗਰਸ ਨੇ ਮੰਤਰੀ ਦੇ ਲਈ ਸਪੋਰਟ 'ਚ ਖੜੇ ਹੋ ਗਏ ਆ ਉਸ ਲਈ ਕਾਂਗਰਸ ਦੀ ਜਿਹੜੀ ਸਥਿਤੀ ਹੈ ਬਹੁਤ ਹੀ ਅਜੀਬ ਹੋ ਗਈ ਹੈ ਕਿਉਂਕਿ ਆਪਣੀ ਪਾਰਟੀ ਚ ਤੇ ਸਪੋਰਟ ਮਿਲ ਹੀ ਰਹੀ ਹੈ ਖਾਸ ਕਰ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਵੀ ਖੁੱਲ ਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੀਆਂ ਹੋ ਗਈਆਂ ਨੇ ਤੇ ਕਿਤੇ ਨਾ ਕਿਤੇ ਜਿਹੜੀ ਪੰਜਾਬ ਕਾਂਗਰਸ ਹੈ ਉਹਨਾਂ ਦੇ ਜਿਹੜੇ ਬੈਕ ਰੂਮ ਬॉयਜ਼ ਨੇ ਉਹ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਐਮਐਲਏਸ ਅੱਜ ਆਏ ਸੀ ਉਹ ਮੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੀ ਕੋਸ਼ਿਸ਼ ਹੈ ਕਿ ਸਪੈਸੀਫਾਈ ਕੀਤਾ ਜਾਏ ਔਰ ਉਮੀਦ ਕਰਦੇ ਆ ਕਿ ਸ਼ਾਇਦ ਅਗਲੇ 1-2 ਦਿਨ ਵਿੱਚ ਇਸ ਵਿੱਚ ਹੋਰ ਵੀ ਬਹੁਤ ਕੁਝ ਹੋਏਗਾ ਕਿਉਂਕਿ ਜਿਸ ਤਰ੍ਹਾਂ ਅਤਰਿਤ ਬਾਜਵਾ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਛੋਟੇ ਭਰਾ ਨੇ ਔਰ ਜੋ ਵੀ ਉਹਨਾਂ ਦਾ ਡਿਸੀਜਨ ਹੋਏਗਾ ਉਹਨਾਂ ਦੇ ਨਾਲ ਖੜੇ ਹੋਣਗੇ ਔਰ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਇਸ ਚੀਜ਼ ਦਾ ਨੁਕਸਾਨ ਕਿੰਨਾ ਕਾਂਗਰਸ ਪਾਰਟੀ ਨੂੰ ਚੱਲਣਾ ਪਏਗਾ ਓਵਰ ਟੂ ਸਟੂਡੀਓ बहुत, बहुत बहुत शुक्रिया जगदीप सिंधु जी आपका तपिन आपका भी और जिस तरीके से आप जी पंजाब हरियाणा हिमाचल के साथ ये एक्सक्लूसिव बातचीत चरणजीत सिंह चन्नी की रही है उन्होंने ये कहा कि दरअसल तृप्त राजेंद्र बाजवा ने जो बातें बताई हैं इस आरोप को लेकर के सच्चाई नहीं बताई ये एक महत्वपूर्ण है जबकि वो कह रहे हैं कि हम उनका सम्मान करते हैं और छोटे भाई की तरह है लेकिन अब आपको हम ये बताते हैं कि चरणजीत सिंह चन्नी को लेकर कैबिनेट मंत्री तृप्त राजेंद्र सिंह बाजवा ने मीडिया के सामने आकर क्या कुछ कहा था ਪਤਾ ਨਹੀਂ ਕਿਉਂ ਇਹ ਗੱਲ ਬਾਤ ਨਿਕਲੀ ਹੈ ਜੇ ਗੱਲ ਹੋਈ ਹੈ ਐਸੀ ਜੀ ਕੋਈ ਗੱਲ ਨਹੀਂ ਮੈਂ ਜੱਲਨ ਲੀਡਰ ਨੂੰ ਕਿਉਂ ਦਿਪਾਉਣਾ ਚੰਗਾ ਸਾਥੀ ਹੈ ਮੇਰਾ ਤੇ ਲੀਡਰ ਦਾ ਪੋਜੀਸ਼ਨ ਲੈ ਆ ਮੈਂ ਉਹਦੇ ਦਾ ਸਤਿਕਾਰ ਕਰਨਾ ਤੇ ਸਿਰ ਝੁਕਾਉਣਾ ਜਿਹੜਾ ਜਗਿੰਦਰਪਾਲ ਜੀ ਨੇ ਐਮਐਲਏ ਸਾਹਿਬ ਨੇ ਭੋਈ ਵਾਲਾ ਨੇ ਗੱਲ ਕੀਤੀ ਆ ਉਹ ਸਾਡੀ ਗੁਰਦਾਸਪੁਰ ਦੀ ਸਿਆਸਤ ਆ ਕੁਝ ਸਾਡ ਚੰਨੀ ਹੋਰਾਂ ਦਾ ਇਹ ਨਾ ਰੋਲ ਨਾ ਹੋਵੇ ਜਿਹੜਾ ਗੁਰਦਾਸਪੁਰ ਦੀ ਸਿਆਸਤ ਆ ਉਹ ਸਾਡੇ ਸ਼ਹਿਰ ਦੀ ਸਿਆਸਤ ਆ ਉਹ ਚੱਲਦੀ ਰਹਿੰਦੀ ਆ ਤੇ ਹੁਣ ਵੀ ਚਲਦੀ ਰਹਿਣੀ ਆ ਸਿੱਸਲੇ ਖਬਰوں ਦਾ جاری ਹੈ ਲਗਾਤਾਰ ਬਣ ਰਹੀਏ ਜੀ ਪੰਜਾਬ ਹਰਿਆਣਾ ਹਿਮਾਚਲ ਕੇ ਸਾਥ